ਇਹ ਪਰਮੇਸ਼ਰ ਮਨ ਯਾਸੀਨ ਕੁਰਾਨ ਦਾ ਦਿਲ ਯਾਸੀਨ ਨੂੰ ਕਰਦੇ ਕੁਰਾਨ ਮੰਨੇ ਉਹ ਜਿਸ ਵੀ ਆਵਾਜ਼
ਸ਼ਾਨੀ ਬਾਹ ਦੇ ਨੁਕਤੇ ਦਾ ਕੌਣ ਸੈਯਦ? ਲੋਕੀ ਆਖਦੇ ਰੱਖਦੇ ਜ਼ਬਾਨ ਬੰਦ, ਜਿਸ ਮਹਿਫਲ ਵਿੱਚ ਅਦਬ ਨਾ ਹੋਇਆ ਉਸਨੇ ਵਿੱਚ ਮੇਰਾ ਖਿਆਲ ਹੈ ਮਜ਼ਾ ਵੀ ਨਹੀਂ ਤੇ ਉਹ ਮਹਿਫਲ ਵੀ ਨਹੀਂ। ਕਿ ਹਮਦੋ ਸੁਨਾ ਹੈ ਵਾਰੀ ਤਾਲਾ ਨਹੀਂ ਹੈ, ਉਸ ਖੁਦਾ ਨਹੀਂ ਹਮਦ ਹੈ ਜਿਸਨੇ ਇੱਕ ਲੱਖ 24,000 ਪੈਗੰਬਰ ਕਮੋਵੇਸ਼ ਪੈਦਾ ਕੀਤਾ। ਅਸਾਂ ਤਾਂ ਜ਼ੁਬਾਨ ਵਾਲੇ ਹਾਂ, ਇਹ ਵੀ ਕਲਮਾ ਪੜ੍ਹਨਾ। ਪੈਦਾ ਸੋ ਜੈ ਜਰਮੇ ਗੁਜਰਾਤ ਕਰਦੀ, ਉਹ ਤੂੰ ਵੀ ਆਪਣੀ ਨਬੀ ਪਾਕ ਜੀ ਕਿੱਥੇ ਬੁਲਾਇਆ ਬੰਦਾ।
ਹਾਏ ਮੰਗਦਾ ਆਜ ਜੀਏ ਹੱਥ ਸਾਰ ਬੰਦਾਈ ਆਖਿਓ ਮੰਗਦਾ ਆਜ ਜੀਏ ਹੱਥ ਸਾਰ ਬੰਦਾਈ ਕਿਉਂਕਿ ਡਾਢੇ ਨਾਲ ਸੌ ਸੱਤੇ ਵੀ ਆਉਂਦੇ ਡਾਢੇ ਨਾਲ ਸੌ ਸੱਤੇ ਵੈਸੇ ਪੰਜਾਂ ਵੀ ਆਉਣ ਸੌ ਆਉਣਾ ਮਗਰ ਡਾਢੇ ਨਾਲ ਸੌ ਸੱਤਾਂ ਵੀ ਆਉਣ ਜਿਸਨੇ ਪੂਰੀ ਕਾਇਨਾਤ ਬਣਾਈ ਹਰ ਚੀਜ਼ ਦੁਨੀਆਂ ਦੀ ਸਰਕਾਰ ਇਨਸਾਨ ਵਾਸਤੇ ਉਹ ਆਖਣਾ ਮੈਂ ਦੇ ਨਹੀਂ ਸਕਣਾ ਮੈਂ ਦੇ ਨਹੀਂ ਸਕਣਾ ਉਹ ਆਖਣਾ ਮੈਂ ਦੇ ਨਹੀਂ ਸਕਣਾ ਪਰ ਮੈਂ ਦੇ ਨਹੀਂ ਸਕਣਾ ਚੰਦ ਸ਼ੇਰ ਮੈਂ ਛੱਡਿਓ ਸੁਣਾ ਨਿਸ਼ਾਨ ਨਿਸ਼ਾਨ ਜੋ ਇਨਸਾਨਾਂ ਦੀ ਨਾਦਾਨੀਆਂ ਦੇ ਨਿਸ਼ਾਨ ਜੋ ਇਨਸਾਨਾਂ ਦੀ ਨਾਦਾਨੀਆਂ ਦੇ ਜੇਕਰ ਖਾਕ ਬਲਾਵੇਂ ਤਾਂ ਤੇਰੀ ਮਰਜ਼ੀ ਜੇਕਰ ਖਾਕ ਬਲਾਵੇਂ ਤਾਂ ਤੇਰੀ ਮਰਜ਼ੀ ਚੁੱਕ ਦੇ ਕਈਆਂ ਨੂੰ ਨਾਦਾਨਾਂ ਦੇ ਜ਼ੁਲਮ ਵਿੱਚੋਂ ਉੱਤੇ ਫਲਕ ਪਹੁੰਚਾਵੇਂ ਤਾਂ ਤੇਰੀ ਮਰਜ਼ੀ ਅਜਿਹੀ ਸਾਲ ਸਾਲ ਆਪਣੀ ਕੌਮ ਕਦਰ ਨਾ ਕਰੀ ਅੱਲਾਹ ਤਾਲਾ ਨੇ ਜਬਰਾਇਲ ਕੀ ਹੁਕਮ ਦਿੱਤਾ ਕਿ ਫੌਰਨ ਦੀ ਪਹਿਲੇ ਪਹੁੰਚ ਮੇਰੇ ਮਹਿਬੂਬ ਕੀ ਚਾਹ ਔਰ ਚੌਥੇ ਅਸਮਾਨ ਤੇ ਲੈ ਜਾ ਇਸ ਵਕਤ ਕੀ ਅਗਰ ਕੀ ਸਾਲ ਸੁਣਾ ਚੌਥੇ ਅਸਮਾਨ ਚ ਨਿਸ਼ਾਨ ਜੋ ਇਨਸਾਨਾਂ ਦੇ ਨਾਦਾਨੀਆਂ ਦੇ ਜੇਕਰ ਖਾਕ
ਇੰਨੀ ਤਾਰੀਫ ਕਰ ਸਕਦਾ ਕਿ ਇਹ ਸ਼ਾਇਰ ਨਾ ਆਪਣਾ ਇੱਕ ਖਿਆਲ ਹੋਣਾ ਕਿ ਸੂਈ ਨੇ ਨਕੇ ਵੀ ਜੂ ਕਦਾ ਊਠ ਨਗਾਵੇ ਤਾਂ ਤੇਰੀ ਮਰਜ਼ੀ ਆਖਿਆ ਇੱਕ ਆਪਣੇ ਦਾਦ ਕਰੀ ਆ ਨਾਲੇ ਉਹਨਾਂ ਨੇ ਇੱਕ ਆਪਣੀ ਗੱਲ ਲਿਖੀ ਲੈਣਾ ਦੂਜਿਆਂ ਦੀ ਨਕਲ ਨਹੀਂ ਕੀਤੀ ਸੀ ਆਖਿਆ ਉਹਨੂੰ ਬੇਹੁਸੈਨ ਅਦਾ ਕਰਕੇ ਜੰਨਤ ਸੁਣਾਏ ਬਣਾਵੇ ਤਾਂ ਤੇਰੀ ਮਰਜ਼ੀ ਉਹ ਸਬਰੀ ਮੁਸਤਫਾ ਦੇ ਖਾਨਦਾਨ ਵਿੱਚੋਂ ਸਬਰੀ ਮੁਸਤਫਾ ਦੇ ਖਾਨਦਾਨ ਵਿੱਚੋਂ ਅੱਬੂ